सो गाइज अज आप चले आनंदपुर साहिब ते नैना देवी मत्था टेकन। सो बस आ रही है आप ते आप फटाफट घर तो चलीए ते वो खैर टप गए हैं ते आप निकलते हैं रंगीलपुर नू। सारे प्यार भरी सत श्री अकाल। उम्मीद करता कि सारे वधिया होणगे। सॉरी वॉइस ओवर कर रहा क्योंकि मेरे तो क्लिप ले आ नहीं गया, बहुत टाइम हो गया ब्लॉग नहीं पे, सो भुल जाता बंदा कई बार। चलो तुसी ब्लॉग देखो आ जाओ। रंगीलपुर पहुंच गए आप ते हम करके आप बह गए वासुदेव लेट। लो जी बस अपनी आ गई ते फटाफट बैठी बिच प्रीत ट्रैवल्स। गुरुद्वारा साहब पुज गए आपां। सो हुण बस खड़ गई आ ते जानू काउंटिंग कुंडिंग कर लिया बच्चियां दी एक बार फिर देखते हैं। तो जी आप आनंदपुर साहब पहले मत्था टेक आ गए हैं। सो जोड़े घर आप जोड़े खोलते हैं। यह है जी अपना आनंदपुर साहब जिथे अपना गुरु गोबिंद सिंह जी का किला है। सो यह अपना गुरुद्वारा उस साहब से अपने सारे शेल्टर वाले कॉलेज वाले स्टूडेंट बैठे हुए हैं। ਅਤੇ ਮੱਥਾ ਇੱਧਰ ਆਨੰਦਪੁਰ ਸਾਹਿਬ ਆਪਣਾ ਕਿਲੇ ਵੱਲ ਟੇਕ ਲਿਆ ਸੀ ਅਤੇ ਹੁਣ ਕਿਲੇ ਦੇ ਅੰਦਰ ਚੱਲੇ ਆ। ਸੋ ਆਪਾਂ ਕਿਲੇ ਦੇ ਦਰਸ਼ਨ ਕਰਕੇ ਆਉਂਦੇ ਆ ਜੋ। ਅਤੇ ਹੁਣ ਆਪਾਂ ਆਏ ਹਾਂ ਜੀ ਮੌਲੀ ਸਾਹਿਬ। ਇਹ ਆਪਾਂ ਥੱਲੇ ਉਹਨਾਂ ਦਿਖਾ ਰਹੇ ਆਪਣੇ ਹਿੰਦੂਆਂ ਸਾਨੂੰ ਮੌਲੀ ਸਾਹਿਬ ਗੁਰਦੁਆਰਾ ਜਿੱਥੇ ਉਹਨਾਂ ਥੱਲੇ ਪੂਲ ਜਲ ਪੀਂਦੇ ਨੇ। ਆ ਜੋ ਆਨੰਦਪੁਰ ਸਾਹਿਬ ਇੱਕ ਅਜਿਹਾ ਸਥਾਨ ਹੈ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 29 ਸਾਲ ਆਪਣੇ ਪਰਿਵਾਰ ਸਮੇਤ ਗੁਜ਼ਾਰੇ ਅਤੇ ਇਹ ਇੱਦਾਂ ਦੀ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨਾਂ ਦੇ ਪੁੱਤਰਾਂ ਨੇ ਜਨਮ ਲਿਆ। ਬੋਲੀ ਸਾਹਿਬ ਮੱਥਾ ਟੇਕ ਗਏ ਜਲ ਛਕ ਗਏ ਅਤੇ ਹੁਣ ਆਪਾਂ ਜਾਂਦੇ ਹਾਂ ਆਨੰਦਪੁਰ ਸਾਹਿਬ ਆ ਜਾਓ ਸਾਰਿਆਂ ਨੂੰ ਲੈ ਕੇ ਨਾਲ। ਬਿੱਲੇ ਓਕੇ ਹੈਗਾ ਮਾ ਬਿੱਲਾ ਲੁਕ ਜਾਂਦਾ ਪਿੱਛੇ ਪਿੱਛੇ ਜਾ ਕੇ। ਹੁਣ ਆਪਾਂ ਚੱਲੇ ਆ ਗੁਰਦੁਆਰਾ ਕੇਸਗੜ੍ਹ ਸਾਹਿਬ। ਇੱਧਰ ਆਪਾਂ ਆਪਣਾ ਕਿਲਾ ਦੇਖਿਆ ਹੈ ਅਤੇ ਹੁਣ ਕੇਸਗੜ੍ਹ ਸਾਹਿਬ ਚੱਲੇ ਹਾਂ ਅਤੇ ਆਨੰਦਪੁਰ ਸਾਹਿਬ ਦਾ ਇਹਨਾਂ ਨੂੰ ਇਤਿਹਾਸ ਵੀ ਉੱਥੇ ਜਾ ਕੇ ਦੱਸਾਂਗੇ ਵੀ ਇਤਿਹਾਸ ਕੀ ਆ। ਪਤਾ ਤੁਹਾਨੂੰ ਕਿਸੇ ਦਾ ਇਤਿਹਾਸ ਕਿਹਾ ਆਨੰਦਪੁਰ ਸਾਹਿਬ ਦਾ ਪਤਾ? ਮਾੜਾ ਮੋਟਾ ਪੜ੍ਹ ਲਿਆ ਕਰੋ। ਮੈਨੂੰ ਪਤਾ ਜੀ ਕਿਆ ਇਤਿਹਾਸ ਉਹ ਸਭ ਪਤਾ ਜੀ। ਦੱਸੋ ਬੜੀ ਲੜਾਈ ਹੋਈ ਸੀ। ਲੜਾਈ ਇੱਧਰ ਹੋਈ ਸੀ ਲੜਾਈ ਜਾਣ ਤੋਂ ਹੁੰਦੀ ਆ ਉਹ। ਗੁਰਦੁਆਰਾ ਕੇਸਗੜ੍ਹ ਸਾਹਿਬ ਅਸੀਂ ਪੁੱਜ ਗਏ ਆ ਅਤੇ ਹੁਣ ਆਪਾਂ ਮਟੇਕਦੇ ਕਿ ਲਓ ਜੀ ਗੁਰਦੁਆਰਾ ਕੇਸਗੜ੍ਹ ਸਾਹਿਬ ਆਪਾਂ ਪੁੱਜ ਗਏ ਨੇ। ਕੇਸਗੜ੍ਹ ਸਾਹਿਬ ਵੀ ਮੱਥਾ ਟੇਕ ਲਿਆ ਆਪਾਂ ਅਤੇ ਹੁਣ ਦੇਖਦੇ ਹਾਂ ਵੀ ਕਿੱਧਰ ਜਾਣਾ ਇਹਨਾਂ ਨਾਲ ਅਤੇ ਮੱਥਾ ਟਿਕਾ ਦਿੱਤਾ ਅਤੇ ਆਪਾਂ ਕੜਾਹ ਪਛਾਣ ਲਈਏ ਅਤੇ ਜਾਈਏ। ਫਿਰ ਗਏ ਆਪਾਂ ਕੇਸਗੜ੍ਹ ਸਾਹਿਬ ਵੀ ਮੱਥਾ ਟੇਕ ਲਿਆ। ਸੋ ਹੁਣ ਚੱਲੇ ਆਪਾਂ ਵਿਰਾਸਤ ਦੇ ਖਾਲਸਾ ਦੇਖਣ। ਪਾਸ ਲੈਣ ਜਾ ਰਹੇ ਪਿੱਛੇ ਬਾਕੀ ਆ ਰਹੇ ਨੇ ਉਹ ਦੇਖੋ। ਸੋ ਬਾਕੀ ਚੱਲਦੇ ਆ ਦੇਖਦੇ ਆ ਅੱਗੇ ਨੈਣਾ ਦੇਵੀ ਜਾਣਾ ਬਈ ਕਿੰਨਾ ਕੁ ਟਾਈਮ ਲੱਗਦਾ ਆਪਾਂ ਨੂੰ ਗੱਲ ਆ ਹੁਣ। ਲਓ ਜੀ ਆਪਾਂ ਚੱਲਦੇ ਹਾਂ ਹੁਣ ਵਿਰਾਸਤ ਦੇ ਖਾਲਸਾ ਅਤੇ ਅੰਦਰ ਜਾ ਕੇ ਕਰੀਏ ਐਂਟਰੀ। ਇਹ ਕਹਿੰਦੇ ਜੀ ਵੀਡੀਓ ਸ਼ੂਟ ਕਰਨ ਦਾ ਮਨਾ ਹੈ ਬਟ ਅਸੀਂ ਤਾਂ ਵੀ ਵਲੋਗ ਸ਼ੂਟ ਕਰ ਰਹੇ ਹਾਂ ਠੀਕ ਹੈ ਨਿੱਕੀ ਵਾਰੀ ਕਰ ਸਕਦੇ ਹਾਂ ਮਜਬੂਰੀ ਹੈ ਸਾਡੀ ਅਤੇ ਆਪਾਂ ਅਸੀਂ ਖੜਕੇ ਕਰ ਰਹੇ ਹਾਂ ਵਿਰਾਸਤ ਦੇ ਖਾਲਸਾ ਬਾਕੀ ਘੁੰਮ ਰਹੇ ਹਾਂ। ਹੋਰ ਮਨ ਵੀ ਠੀਕ ਆ ਪ੍ਰਦੀਪਾ ਜੀ ਓਕੇ ਆ ਓਕੇ ਆ ਚਲੋ ਫਿਰ ਆ ਜਾਓ ਤੁਹਾਨੂੰ ਦਿਖਾਈਏ। ਲੁੱਕ ਲੁੱਕ ਕੇ ਦਿਖਾਉਣਾ ਪੈਣਾ ਬਟ ਕੋਈ ਨਾ ਅਸੀਂ ਕਰਦਾ ਨਹੀਂ। ਬਾਕੀ ਇੱਧਰ ਮੌਸਮ ਸੁਹਾਣਾ ਹੈ ਇਹ ਗੁਰਪ੍ਰੀਤ ਰਾਹੀਂ ਖੜੇ ਆ ਉਹਰੇ ਫੋਟੋ ਖਿੱਚੀ ਆਪਣੀ ਫੋਟੋ ਖਿੱਚੀ ਉਰੇ ਆਪਾਂ ਆਪਣੀ ਚਲੋ ਆਪਣੇ ਫੋਟੋ ਖਿੱਚੀਏ। ਉਹਨੂੰ ਬਲਾ ਰੱਖ ਇੱਥੇ ਆਪਣੀ ਕਿਤੇ ਵੀ ਵੀਡੀਓ ਨਹੀਂ ਬਣਾ ਹੋਈ ਅੰਦਰ ਅਤੇ ਵਾਸ਼ਰੂਮ ਵਿੱਚ ਬਣਾਉਣ ਲੱਗੇ ਵਾਸ਼ਰੂਮਾਂ ਵੀ ਨਹੀਂ ਕਹਿੰਦੇ ਕਿ ਵੀਡੀਓ ਬਣਾਉਣੀ।
ਇੱਧਰ ਆਪਾਂ ਰਾਹ ਅੰਦਰ ਤਾਂ ਕੋਈ ਵੀ ਵੀਡੀਓ ਸ਼ੂਟ ਨਹੀਂ ਹੋਣ ਦਿੱਤੀ ਉਹਨਾਂ ਦਾ, ਸੋ ਬਾਹਰ ਆ ਕੇ ਆਪਾਂ ਕਲਿੱਪ ਲੈਣ ਲੱਗੇ ਆ ਅਤੇ ਗੁਰਪ੍ਰੀਤ ਨਾਲ ਬਾਕੀ ਸਾਰੇ ਉੱਧਰ ਆ ਅਤੇ ਇੱਧਰ ਅਸੀਂ ਘੁੰਮ ਰਹੇ ਹਾਂ। ਉਹ ਫੋਨ ਮਤਲਬ ਕਿ ਦੂਏ ਤਰ੍ਹਾਂ ਹਾਂ ਚੱਲਦੇ ਤਾਂ ਹੋਣੇ ਉਹ, ਵੈਸੇ ਹੁਣ ਆਪਾਂ ਜਾ ਰਹੇ ਹਾਂ ਘੁੰਮ ਫਿਰ ਕੇ ਮਾੜੇ ਮੋਟੇ, ਠੀਕ ਹੈ ਨੈਣਾ ਦੇਵੀ ਜਾਣਾ ਹੈ, ਨੈਣਾ ਦੇਵੀ ਜਾਣਾ ਹੈ ਬੱਦੀ ਬਾਈ, ਇਹ ਤਾਂ ਕਹਿੰਦੇ ਲੰਗਰ ਵੀ ਨਹੀਂ ਖਾਣਾ ਉਰੇ, ਇੱਕ ਦੋ ਤਿੰਨ ਚਾਰ ਮਾਤਾ ਫਟਾਫਟ ਚਲੀਏ, ਸਰ ਦਾ ਫੋਨ ਆਉਂਦਾ ਹੈ ਤੇ ਚਲੀਏ ਆਪਾਂ ਫਟਾਫਟ। ਬਾਕੀ ਇੱਧਰ ਘੁੰਮ ਰਹੇ ਆ, ਪਾਣੀ ਚ ਤੂੰ ਗੋਤੇ ਤਾਂ ਨਹੀਂ ਖਾਣੇ, ਮਾੜਾ ਜੀ ਗੋਤੇ ਖਾਣੇ ਨਾਣੇ, ਤੂੰ ਦੱਸ ਦੇ ਨਾਣਾ ਬੰਨੇ ਪ੍ਰਦੀਪ ਭਾਈ ਤੈਨਾਂ ਦੇਖ ਲੈ ਸਲਾਹ ਹੈ ਇੱਧਰ ਆਪਣਾ, ਚਲੋ ਫਿਰ ਆ ਜਾਓ ਬਾਏ ਬਾਏ ਜੇ ਆਪਾਂ ਚੱਲੇ ਹੋਣਾ ਨੈਣਾ ਦੇਵੀ। ਸਾਰੀ ਬੱਸ ਬਹਿ ਗਈ ਸਾਨੂੰ ਠੀਕ ਕਰੇ ਆ ਤੇ ਅਸੀਂ ਹੋ ਗਏ ਲੇਟ, ਕਿਉਂਕਿ ਕਦ ਲੇਟ ਹੋ ਗਏ ਤੁਸੀਂ, ਅਸੀਂ ਘੁੰਮਣ ਲੱਗ ਪਏ ਘੁੰਮਣ ਲੱਗ ਪਏ ਤੇ ਆ ਗਏ ਉੱਪਰ ਜੇ ਪੁੱਲ ਦੇ ਕਿੰਨਾ ਸੋਹਣਾ ਉੱਥੇ ਚੱਲਦੇ ਆ ਤੇ ਹੁਣ ਆਪਾਂ ਲੱਗੇ ਫੋਟੋਆਂ ਖਿੱਚਾਂ ਜੀ, ਨਾਲੇ ਛੱਡਾ ਛੁੱਡਾ ਮਾਰ ਲਓ ਛੱਡਾ ਜਿਹੜੇ ਸਮਝਦੇ ਆ। ਦੇਖੋ ਜੀ ਲਿਖਿਆ ਵਾ ਇੱਧਰ ਨੂੰ ਹੋਇਆ ਗੱਬੇ ਨੂੰ ਆਈ ਜਾਂਦਾ ਟਿਕ ਟੋਕ ਦਾ ਸਪੈਸ਼ਲ ਗੋਲ ਗੱਪੇ, ਕਹਿੰਦੇ ਸਚਿਨ ਨੇ ਪੂਰਾ ਜ਼ੋਰ ਲਾ ਕੇ ਕਾਹ ਜ਼ੋਰ ਲਾ ਕੇ ਬਈ ਨਹਿ ਟਪਾ ਦਿੱਤੀ ਪੱਥਰ ਮਾਰੇ ਫੇਰ ਵੀ ਨਹੀਂ ਫੇਰ ਵੀ ਨਹਿ ਟੱਪੀ ਤੇ ਫੜੇ ਮੂੰਹ ਇਹਦੇ ਮਾਨੇ ਇੱਧਰ ਬਸ ਕਰ ਫਰੰਟ ਕੈਮਰੇ ਦੀ ਵੀਡੀਓ ਨਹੀਂ ਜਰੂਰੀ ਗੈਲ ਦੀ ਬੈਕ ਬਸ ਕਰ ਬਸ ਕਰ। ਇਹ ਨਾਮ ਕੀ ਹੈ ਟਿਕ ਟੋਕ ਦੇ ਸਪੈਸ਼ਲ ਗੋਲ ਗੱਪੇ, ਟਿਕ ਟੋਕ ਦੇ ਸਪੈਸ਼ਲ ਗੋਲ ਗੱਪੇ ਬਾਈ ਨੇ ਕੀਰ ਕੇ ਰੱਖ ਦਿੱਤਾ ਜੇ ਗੋਲ ਗੱਪੇ ਹੈਗੇ ਤੇ 10 ਰੁਪਏ ਦੇ ਚਾਰ, ਕੱਲ ਨੂੰ ਮੈਂ ਖਾਧੇ 10 ਰੁਪਏ ਦੇ 6 ਤੇ ਚੱਲ ਹੁਣ ਖਾਲੇ ਖਾਲੇ ਜਿਹੜੇ ਖਾਲੇ। ਮਿੰਟ 'ਚ ਚੇਂਜ ਹੋ ਗਿਆ ਤੇ ਆਪਾਂ ਪੁੱਜ ਗਏ ਆ, ਬਸ ਆਹ ਖੜਾਤੀ ਆ, ਬਾਕੀ ਇਹਦਾ ਕਹਿੰਦਾ ਟੈਕਸੀ ਕਹਿੰਦੀ ਆ ਉਹ ਕਹਿੰਦਾ ਏ ਇਹ ਕਹਿੰਦੇ ਲੇਟ ਹੋ ਜਾਂਦੇ ਫਿਰ ਕਹਿੰਦੇ ਬੱਸ ਪਰ ਜਾਣਾ। ਲਓ ਜੀ ਨੈਣਾ ਦੇਵੀ ਆਪਾਂ ਪੁੱਜ ਗਏ ਆ, ਟੈਕਸੀਆਂ ਕੱਚੀਆਂ ਹੋਈਆਂ ਸੀ ਉੱਥੇ ਟੈਕਸੀ ਟੁਕਸੀ ਕਰਕੇ ਫਿਰ ਪੁੱਜ ਗਿਆ ਅਤੇ ਬਾਕੀ ਆਹ ਜਾ ਰਹੇ ਆ ਉਹ ਮੈਡਮਾਂ ਜਾ ਰਹੀਆਂ, ਬਾਕੀ ਅਸੀਂ ਵੇਟ ਕਰਦੇ ਹਾਂ ਮਾਸਟਰ ਨੂੰ ਟਿਕਣਾ ਕਾਹਦਾ ਕਵਰ। ਨੈਣਾ ਦੇਵੀ ਪੁੱਜ ਗਿਆ ਅਤੇ ਆਪਾਂ ਮੱਥਾ ਟੇਕਣ ਚੱਲੀਏ, ਆ ਜਾਓ ਅੰਦਰ। ਚਲੋ ਭਾਈ ਚਲੋ 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 ਸਤਸੰਗ ਜੀ ਤੇ ਚੱਲੇ ਮੱਥਾ ਟੇਕਣ ਆਪਾਂ, ਆ ਜਾਓ ਮੱਥਾ ਟੇਕ ਕੇ ਆਈਏ ਅੰਦਰ, ਪਤਾ ਵੀਡੀਓਗ੍ਰਾਫੀ ਅਲਾਊਡ ਆ। ਨੈਣਾ ਦੇਵੀ ਮੱਥਾ ਟੇਕ ਲਿਆ ਆਪਾਂ ਤੇ ਹੁਣ ਚੱਲੇ ਆ ਵਾਪਸ ਗੱਡੀ 'ਚ, ਤੇ ਗੱਡੀ 'ਚ ਜਾ ਕੇ ਦੇਖਦੇ ਆ ਵੀ ਕੀਰਤਪੁਰ ਸਾਹਿਬ ਅਤੇ ਆਪਣਾ ਪਤਾਲਪੁਰੀ ਵੀ ਆਉਣਾ। ਪ੍ਰਸ਼ਾਦ ਲੈ ਲਿਆ ਜੀ ਆਪਾਂ ਆਪਣੇ ਘਰ ਵਾਸਤੇ, ਸੋ ਸਵੇਰੇ ਮੈਡਮਾਂ ਮੁਡਮਾਂ ਹੋ ਗਈਆਂ ਅਤੇ ਆਪਾਂ ਆ ਗਏ ਇੱਧਰ ਅਤੇ ਤੁਹਾਨੂੰ ਵਿਊ ਦਿਖਾਉਂਦੇ ਇੱਧਰ ਦਾ, ਜਸਟ ਹੋਲਡ ਆ। ਮੈਂ ਕਹਿੰਦਾ ਇੱਧਰ ਸਰੋਵਰ ਆ ਨਾ, ਖੇਲਣ ਲੱਗੇ ਫਿਰ ਜਵਾਕ ਇੱਧਰ, ਮੈਂ ਕ੍ਰਿਕਟ ਖੇਲ ਕੇ ਜਾਈਏ। ਕਹਿੰਦੇ ਬਾਂਦਰ ਆ ਗਿਆ ਜੀ, ਫੋਨ ਆ ਗਿਆ ਬਾਂਦਰ ਆ ਗਿਆ ਤਾਂ ਫੋਨ ਖੇਲਣਾ ਤੇਰੇ ਦਿਖੇ ਵੀ ਨਹੀਂ ਯਾਰ। ਦੇਖੋ ਜੀ ਇੱਧਰ ਪੂਰਾ ਮੌਸਮ ਠੰਡਾ ਠੰਡਾ ਹੋਇਆ ਪਿਆ, ਧੁੰਦ ਪਈ ਪਈ ਆ। ਇੱਧਰ ਇਰਸ਼ਾਦ ਸਿੰਘ ਬਿੱਲਾ ਬਾਈ ਸਚਿਨ ਅਤੇ ਇੱਧਰ ਖੜ੍ਹੇ ਆ ਅਤੇ ਬਾਕੀ ਹੁਣ ਫਿਰ ਥੱਲੇ ਜਾਣਾ ਹੈ। ਮੈਂ ਕਹਿੰਦਾ ਜੀ ਬਿੱਲੇ 60-60 ਰੁਪਏ ਇਹਦੇ, ਮੈਂ ਕਹਿੰਦਾ 50 ਰੁਪਏ ਟਿਕਟ ਗਿਰਦੇ ਉੱਪਰ ਚੜ ਕੇ ਜਾਂਦੇ ਨੇ ਬਿੱਲੇ ਇਹਦੇ ਪਰ ਚੱਲੀਏ ਚੱਲਦੇ ਹਾਂ। ਓਕੇ ਕੰਮ ਬਈ ਮੱਥਾ ਟੇਕ ਲਿਆ, ਉਹ ਮੁੰਡੇ ਬਹਿ ਗਏ ਉਹ ਮੁੰਡੇ ਬਹਿ ਗਏ ਆ ਵਿੱਚ ਅਤੇ ਬਾਕੀ ਆ ਬਿੱਲਾ ਸਿੰਘ ਆ ਬੱਸ ਕੋਲ ਫਿਰ ਆਪਾਂ ਦੁਬਾਰਾ ਆ ਗਏ ਅਤੇ ਇੱਧਰ ਪਹਾੜੀਆਂ ਹੀ ਪਹਾੜੀਆਂ ਅਤੇ ਇੱਧਰ ਹਿੱਲ ਸਟੇਸ਼ਨ, ਉੱਥੇ ਮੈਗੀ ਮੈਗੀ
ਸੋ ਹਰੇ ਬੱਚੇ ਗੱਡੀਆਂ ਆ ਰਹੀਆਂ ਨੇ ਤੇ ਆਪਾਂ ਆ ਗਏ। ਹਾਂ ਦੱਸ। ਬਾਬਾ ਗੁਰਦਿੱਤਾ ਜੀ ਦਾ ਮੱਥਾ ਟੇਕ ਲਿਆ ਤੇ ਹੁਣ ਆਪਾਂ ਚੱਲੇ ਲੰਗਰ ਛਕਣ। ਤੇ ਲੰਗਰ ਵੀ ਛਕਣਾ, ਬਾਕੀ ਦੇਖਦੇ ਕੀ ਕਹਿੰਦੇ ਸੀ ਤੇ ਬਾਕੀ ਆਪਾਂ ਜੀ ਲੰਗਰ ਛਕਣਾ ਕਹਿੰਦੇ ਹੁਣ ਹੈ। ਲਓ ਜੀ ਘੁੰਮ ਫਿਰ ਕੇ ਆਪਾਂ ਫਿਰ ਆਪਣੇ ਘਰ ਆ ਗਏ। ਸੋ ਐਕਟਿਵਾ ਚੱਕੀਏ ਫਿਰ ਚੱਲੀਏ ਘਰ ਨੂੰ। ਫਾਈਨਲ ਆਪਾਂ ਆਪਣੇ ਘਰ ਪੁੱਜ ਗਏ। ਸੋ ਘਰ ਦੇ ਵਲੋਗ ਦਾ ਐਂਡ। ਬਾਏ ਬਾਏ, ਟੇਕ ਕੇਅਰ, ਗੋਡ ਬਲੈਸ ਯੂ। ਤੂੰ ਮਨੋ ਡਾਇਰੈਕਟਰ ਸਾਗਰ।